ਡੰਡੋਤ ਬੰਧਨ ਅਨਕਵਾਰ ਸਰਵ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ ਆਪਣੀ ਭਗਤੀ ਲਾਲ ਸਾਨੂੰ ਆਪਣੀ ਭਗਤੀ ਲਾਲ ਆਪਣੀ ਭਗਤੀ ਲਾਲ ਸਾਨੂੰ ਆਪਣੀ ਭਗਤੀ ਲਾਲ ਭਗਤੀ ਲਾਲ ਵਾਹਿਗੁਰੂ ਆਪਣੀ ਭਗਤੀ ਲਾਲ ਆਪਣੀ ਭਗਤੀ ਲਾਲ ਸਾਨੂੰ ਆਪਣੀ ਭਗਤੀ ਲਾਲ ਲਾਲ ਫੁੱਲਿਆਂ ਨੂੰ ਰਸਤੇ ਪਾਲ ਫੁੱਲਿਆਂ ਨੂੰ ਰਸਤੇ ਪਾਲ ਰਾਸਤੇ ਪਾਲ ਫੁੱਲਿਆਂ ਨੂੰ ਰਾਸਤੇ ਪਾਲ ਆਪਣੀ ਭਗਤੀ ਲਾਲ ਆਪਣੀ ਭਗਤੀ ਲਾਲ ਆਪਣੀ ਭਗਤੀ ਲਾਲ ਵਾਹਿਗੁਰੂ ਆਪਣੀ ਭਗਤੀ ਲਾਲ
अपना बना लो गोला धन गुरु नानक जी अपना बना लो गोला धन गुरु नानक जी करके गोले कबीर मेरा मुझ में किछ नहीं जो किछ है सो तेरा तेरा तुझको सौंपते क्या लागे मेरा कबीर कुकर राम को मुतिया मेरो नाम गले हमारे जेवरी जय खिंच जाओ धन गुरु नानक जी नाम दिया बख्श दियो दाता धन गुरु नानक जी नाम दिया बख्श दियो दाता
गता ਸਾਸਤਰ ਬਹੁ ਸਿਮਰਤੀ ਭੇਖੇ ਸਰਵ ਡਡੋਲ ਪੂਜਸ ਨਾਹੀ ਹਰ ਹਰ ਨਾਨਕ ਨਾਮ ਨਮੋ। ਆਪਾਂ ਸਾਰੇ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੋਦ ਵਿੱਚ ਬੈਠ ਕੇ ਸਤਸੰਗਤ ਹਰੀ ਜਸ ਕੀਰਤਨ ਕਰਨ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆ ਆਪ ਤਰੈ ਸਗਲੇ ਕੁਲ ਤਾਰੈ ਹਰ ਦਰਗਾ ਪਤ ਸਿਉਂ ਜਾਏ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਨਾਲ ਵੱਡਾ ਪੁੰਨ ਇਹ ਹੈ ਕਲਯੁਗ ਦੇ ਵਿੱਚ ਜੋ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰਨਾ ਹੈ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਹੈ। ਸੰਤ ਬਾਬਾ ਜੀ ਵੱਲੋਂ ਵਾਲ ਵਾਲੇ ਉਹਨਾਂ ਦੇ ਆਪ ਜੀ ਪ੍ਰਵਚਨ ਸਰਵਣ ਕਰ ਰਹੇ ਸਨ। ਸੰਗਤਾਂ ਨੇ ਮਹਾਨ ਉਪਰਾਲਾ ਕੀਤਾ ਹੈ ਨਗਰ ਨਿਵਾਸੀ ਸੰਗਤਾਂ ਬਾਬਾ ਹਰਮਿੰਦਰ ਸਿੰਘ ਜੀ ਨੇ ਜਿਨ੍ਹਾਂ ਨੇ ਇਹ ਗੁਰਮਤਿ ਸਮਾਗਮ ਅੰਮ੍ਰਿਤ ਸੰਚਾਰ ਸਮਾਗਮ ਗੁਰੂ ਨਾਲ ਜੁੜਨ ਦਾ ਗੁਰੂ ਨਾਲ ਜੋੜਨ ਦਾ ਮਹਾਨ ਉਪਰਾਲਾ ਹੈ। ਇਹ ਵੱਡਾ ਪੁੰਨ ਹੈ ਭਾਈ ਜੁੜਨ ਦਾ ਅਤੇ ਜੋੜਨ ਦਾ। ਇੱਕ ਤਾਂ ਆਪ ਜੁੜਨਾ ਦੂਜਿਆਂ ਨੂੰ ਵੀ ਜੁੜਨ ਦਾ ਉਪਰਾਲਾ ਕਰਨਾ। ਇੱਕ ਤਾਂ ਨਲਕਾ ਲਾ ਲੈਂਦੇ ਹਾਂ ਭਾਈ ਅਸੀਂ ਕੋਈ ਟੂਟੀ ਲਾ ਲੈਂਦੇ ਹਾਂ ਘਰ ਪਾਣੀ ਪੀਣ ਵਾਸਤੇ।
एक साध संगत कोई खूह ला दिंदा है। इस तरह जो सत्संग का समागम है जिथे किन्नियां ते बख्शिश हुंदी है। सो संगतां ने महान उपराला कीता है, योग बनिया तेरा कीर्तन गाई। योग नाम है जुड़न दा, परमेश्वर दे नाल जुड़ना रूहां। परमेश्वर ने अकाल पुरख ने ऐसी खेड रची है, अपने दे विच्चों ही संसार पैदा कीता है। जितनियां भी जोतां हन जीव हन वाहिगुरु ने अपने विच्चों ही पैदा कीते ने। बोलो सतनाम। इस करके गुरु महाराज जी याद करवाउंदे ने, मन तू जोत सरूप है अपना मूल पछाण। असी हड चम दे पुतले नहीं हाँ, असी इस दे विच जो वसदी है वह जोत हाँ। बोलो सतनाम। सब मैं जोत, जोत है सोए, तिसदा चानण सब मैं चानण होए। ते प्रगट किवें हुंदी है जोत? गुरसाखी जोत प्रगट हो, गुरु दे शब्द द्वारा, गुरु की कृपा द्वारा वह जोत जिहड़ी आ प्रगट हुंदी है। मनमुख विच अते गुरमुख विच यही अंतर हुंदा है भाई। मनमुख विच जोत जिहड़ी आ उह छिपी होई है, ते सात संगत गुप्त है, ते गुरमुख विच ओ जोत प्रगट है। बोलो सतनाम। इस करके बाणी कहिंदी है वाहिगुरु किथे रहिंदा, परमेश्वर किथे रहिंदा है। मनमुख तो दूर जी गुरमुख दे नेड़े रहिंदा, मनमुख तो दूर जी गुरमुख दे नेड़े रहिंदा, मनमुख तो दूर जी गुरमुख दे नेड़े रहंदा, मनमुख तो दूर जी गुरमुख दे नेड़े रहंदा, जापै दिसै दूर, गावा को वेखै हादरा दूर। कि नानू हाजर नाजरी नजर आउंदा है,
ਪ੍ਰਗਟ ਪਹਾਰੇ ਸਭ ਜਾਪਦਾ, ਸਭ ਨਾਵੈ ਨੂੰ ਪਰਤਾਪਦਾ। ਇਹਨਾਂ ਨੂੰ ਪ੍ਰਗਟ ਇੱਕ ਕਹਿੰਦੇ ਨੇ ਬਾਈ ਰੱਬ ਹੈਗਾ, ਉਹ ਕਹਿੰਦੇ ਹੈ ਨਹੀਂ, ਬਸ ਇਹ ਦੁਨੀਆ ਦੇ ਕੰਮ ਐਵੇਂ ਚੱਲਦੇ ਨੇ। ਬੋਲੋ ਸਤਨਾਮ। ਇੱਕ ਘਰ ਨਹੀਂ ਚੱਲਦਾ ਮਾਲਕ ਤੋਂ ਬਿਨਾਂ, ਭਾਈ ਇੰਨੀ ਦੁਨੀਆ ਕਿਵੇਂ ਚੱਲੂਗੀ। ਇਹਨੇ ਸ੍ਰਿਸ਼ਟੀ ਬਣਾਈ ਹੈ, ਗੁਰਬਾਣੀ ਇਹ ਕਹਿੰਦੀ ਹੈ ਕਰਤਾ ਪੁਰਖ, ਇਹ ਸਾਰੀ ਸ੍ਰਿਸ਼ਟੀ ਦਾ ਕਰਤਾ ਹਰਤਾ ਹੈ। ਉਹ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਸਰਵ ਜੀਆਂ ਕਾ ਦਾਤਾ ਰੇ। ਇਹ ਜਿੰਨੇ ਵੀ ਖੰਡ ਬ੍ਰਹਿਮੰਡ ਖੋਜਾਂ ਹੋ ਰਹੀਆਂ ਨੇ, ਆਕਾਸ਼ ਗੰਗਾ, ਮਹਾਕਾਸ਼ ਗੰਗਾ, ਕਿਤਨੀਆਂ ਕਈ ਹਨ, ਇਹਨਾਂ ਦਾ ਕੋਈ ਅੰਤ ਪਾਰਾ ਵਾਰ ਨਹੀਂ ਹੈ। ਬੋਲੋ ਸਤਨਾਮ। ਐਡਾ ਵੱਡਾ ਸੰਸਾਰ ਹੈ ਜਿਹਦਾ ਕੋਈ ਪਾਰਾ ਵਾਰ ਹੀ ਨਹੀਂ ਹੈ, ਅਤੇ ਸਾਧ ਸੰਗਤ ਕਿਵੇਂ ਬੰਨਿਆ ਹੋਇਆ, ਕਿਵੇਂ ਸਾਗਰ ਪੰਡਾ ਪਾਇਆ। ਇੱਕ ਸਮੁੰਦਰੀ ਸਾਧ ਸੰਗਤ ਸਮੁੰਦਰ ਦੀ ਉਹ ਪੰਡ ਬੰਨੀ ਹੋਈ ਹੈ। ਬੋਲੋ ਸਤਨਾਮ। ਬਿਨਾਂ ਥੰਮਾ ਗਗਨ ਰਹਾਇਆ, ਬਿਨਾਂ ਹੀ ਥੰਮੀਆਂ ਤੋਂ ਸਾਧ ਸੰਗਤ ਆਕਾਸ਼ ਹੈ ਸਾਰਾ। ਇੱਕ ਦੂਜੇ ਦੀ ਗੁਰਤਾ ਸ਼ਕਤੀ, ਸਾਧ ਸੰਗਤ ਇੱਕ ਆਕਰਖਣ ਸ਼ਕਤੀਆਂ ਦੇ ਵਿੱਚ ਸਾਧ ਸੰਗਤ ਬੰਨੇ ਹੋਏ ਨੇ, ਖਿੱਚਾਂ ਪਾਈਆਂ ਹੋਈਆਂ ਇੱਕ ਦੂਜੇ ਨਾਲ। ਬੋਲੋ ਸਤਨਾਮ। ਇਹ ਐਵੇਂ ਤਾਂ ਨਹੀਂ ਚੱਲ ਸਕਦਾ ਇਹ ਸੰਸਾਰ। ਗੁਰੂ ਮਹਾਰਾਜ ਜੀ ਨੇ ਕਿਹਾ ਬਾਣੀ ਦੇ ਵਿੱਚ, ਆਮ ਇਨਸਾਨ ਦੀ ਗੱਲ ਛੱਡੋ, ਆਮ ਇਨਸਾਨ ਦੀ ਤਾਂ ਬੁੱਧੀ ਕਿੰਨੀ ਕੁ ਹੁੰਦੀ ਹੈ ਭਾਈ। ਬੰਦਾ ਕਦੇ ਕੁਛ ਕਹਿ ਦਿੰਦਾ, ਕਦੇ ਕੁਛ ਕਹਿ ਦਿੰਦਾ, ਬਦਲ ਜਾਂਦੀ ਹੈ ਬੁੱਧੀ। ਦੁਨੀਆਂ ਵਿੱਚ ਪੜ੍ਹਾਈਆਂ ਪੜ੍ਹਾਈਆਂ ਪੜ੍ਹ ਕੇ ਭਾਈ ਫਿਰ ਬੁੱਧੀ ਤੇਜ਼ ਕਰਦੇ ਹਨ, ਹੋਰ ਗਿਆਨ ਇੱਕ ਦੂਸਰੇ ਤੋਂ ਹਾਸਲ ਕਰਦੇ ਹਾਂ ਕਿਤਾਬਾਂ ਪੜ੍ਹ ਪੜ੍ਹ ਕੇ। ਗੁਰੂ ਮਹਾਰਾਜ ਜੀ ਨੇ ਜੋ ਕਿਹਾ ਕੋਈ ਪੜ੍ਹ ਕੇ ਸੁਣ ਕੇ ਤਾਂ ਨਹੀਂ ਕਿਹਾ। ਬੋਲੋ ਸਤਨਾਮ। ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੈ ਜੋ ਵੇਖੈ ਆਖੀ। ਕਹਿੰਦੇ ਸੰਤਾਂ ਦੀ ਤਾਂ ਭਾਈ ਜਿਹੜੀ ਸਾਖੀ ਹੈ ਨਾ, ਉਹਨਾਂ ਦਾ ਜੋ ਪ੍ਰਮਾਣ ਹੈ ਉਹ ਪ੍ਰਗਟ ਹੈ, ਪ੍ਰਤੱਖ ਹੈ। ਜੋ ਸਾਧ ਸੰਗਤ ਉਹ ਬੋਲਦੇ ਨੇ ਜੋ ਅੱਖਾਂ ਦੇ ਨਾਲ ਦੇਖਦੇ ਨੇ। ਬੋਲੋ ਸਤਨਾਮ।